ਆਮ ਆਦਮੀ ਪਾਰਟੀ ਨੇ ਇੰਨੇ ਕਾਜਾ ਕੰਮ ਕੀਤੇ ਨੇ ਦਿੱਲੀ ਦੇ ਵਿੱਚ ਕਿ ਜਿੰਨੀਆਂ ਗੱਲਾਂ ਕਹੀਆਂ ਸੀਗੀਆਂ ਆਪਣਾ ਪੂਰੇ ਦਾ ਪੂਰਾ ਰਿਪੋਰਟ ਕਾਰਡ ਜਿਹੜਾ ਪੇਸ਼ ਕੀਤਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਕਿਹਾ ਹੋਵੇ ਤੇ ਪੂਰਾ ਨਾ ਹੋਇਆ ਹੋਇਆ ਹੋਵੇ ਸੋ ਪੂਰੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਤਿਆਰੀ ਹੈ ਐਂਡ ਬਹੁਤ ਕਲੀਅਰ ਹੈ ਕਿ ਜਿੱਥੇ ਪਹਿਲਾਂ 67 ਸੀਟਾਂ ਆਈਆਂ ਸੀਗੀਆਂ ਤਾਂ ਇਸ ਵਾਰੇ 70 ਦੀਆਂ 70 ਸੀਟਾਂਉਣ ਦੀ ਬਹੁਤ ਤਕੜੀ ਉਮੀਦ ਆ ਤੇ ਪੰਜਾਬ ਵੱਲੋਂ ਤੁਸੀਂ ਕੌਣ ਕੌਣ ਜਾ ਰਹੇ ਹੋ ਕਿ ਕੀ ਚੋੜੀਆਂ ਲੱਗਣਗੀਆਂ हां ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਸ ਭਾਵੇਂ ਉਹ ਨੈਸ਼ਨਲ ਐਗਜ਼ੀਕਿਟਿਵ ਦੀ ਨੈਸ਼ਨਲ ਕਾਉਂਸਲ ਦੀਆਂ ਹੋਈਆਂ ਸੀਗੀਆਂ ਤੇ ਜਿਹਦੇ ਵਿੱਚ ਖਾਸ ਤੌਰ ਤੇ ਵੀ ਕੌਣ-ਕੌਣ ਇਹ ਸਿਲੈਕਸ਼ਨ ਦੇ ਵਿੱਚ ਆਊਗਾ ਤੇ ਸਾਡੇ ਪੰਜਾਬ ਦੇ ਤਕਰੀਬਨ ਮਤਲਬ ਜਿੱਥੇ ਜਿਹੜੇ ਵੀ ਹਲਕੇ ਦੀ ਗੱਲ ਕਰੀਏ ਤਾਂ ਸਾਰੇ ਦੇ ਸਾਰੇ ਵਲੰਟੀਅਰ ਸਾਰੇ ਦੇ ਸਾਰੇ ਅਹੁਦੇਦਾਰ ਇੰਨੇ ਇੱਕ ਜੋਸ਼ ਤੇ ਵਿੱਚ ਤਿਆਰੀਆਂ ਦੇ ਵਿੱਚ ਨੇ ਮਤਲਬ ਆਲਰੇਡੀ ਨੇ ਕਿ ਅਸੀਂ ਦਿੱਲੀ ਦੀ ਜਿੱਤ ਜਿਹੜੀ ਉਹਦੇ ਚੱਪ ਦਾ ਯੋਗਦਾਨ ਜਿਹੜਾ ਕਿਵੇਂ ਪਾਉਣਾ ਹੈ ਜੀ ਵਿੱਚ ਤਾਂ ਮਿਲਿਆ ਹੋਇਆ ਹੈ ਉਹ ਦੇਖੋ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਦਿੱਲੀ ਦੇ ਵਿੱਚ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਨੇ ਤੇ ਸਾਫ਼ ਸਪਸ਼ਟ ਹੈ ਹੁੰਦਾ ਕਿ ਜਦੋਂ ਉੱਥੇ ਪਾਸ਼ਪਾਦੀ ਜੜੀਏ ਹਾਰ ਨਜ਼ਰ ਆਉਂਦੀ ਆ ਤੇ ਆਫ ਕੋਰਸ ਆਮ ਆਦਮੀ ਪਾਰਟੀ ਦੀ ਜਿੱਤ ਇਸ ਕੱਲ ਨੂੰ ਨਿਸ਼ਚਾ ਕਰਦੀ ਆ ਹਨ ਕਿ ਜੜੀਆਂ ਪੂਰੀ ਤਰ੍ਹਾਂ ਦੇ ਨਾਲ ਬੀਜਪੀ ਇੱਕ ਬੁਖਲਾਟ ਦੇ ਵਿੱਚ ਆ ਘਬराई ਹੋਈ ਆ ਤੇ ਆਪਣੀ ਹਾਰ ਕਰਕੇ ਇਹੋ ਜੀਆਂ ਜੜੀਆਂ ਲੋਕਾਂ ਨੂੰ ਪਬਲਿਕ ਨੂੰ ਲੜਾਉਣ ਦਾ ਕੰਮ ਉਹਨਾਂ ਤੇ ਜ਼ੁਲਮ ਕਰਨ ਦਾ ਕੰਮ ਜਿਹੜਾ ਇਸ ਵळे ਉਹਨਾਂ ਨੇ ਹਥਿਆਰ ਸ਼ੁਰੂ ਕਰ ਦਿੱਤਾ ਔਰ ਇਹ ਨਿਸ਼ਚੈ ਕਰਦਾ ਕਿ ਆਮ ਆਦਮੀ ਪਾਰਟੀ ਉੱਥੇ ਵਿਨਰ ਰਹੂਗੀ ਔਰ 70 ਸੀਟਾਂ ਦੀ ਲੀਡ ਦੇ ਨਾਲ ਰਹੂਗੀ ਕੀ ਤੁਹਾਨੂੰ ਲੱਗਦਾ ਕਿ ਇਹਦਾ ਹਮਲਾ ਹੋਇਆ ਸਾਰਾ ਭਾਜਪਾ ਦੀ ਸਾਰੀ ਸਾਰੀ ਦੀ ਆਫ ਕੋਰਸ ਇਹਦੇ ਪਿੱਛੇ ਹੋਰ ਕੋਈ ਰੀਜ਼ਨ ਕੀ ਹੋ ਸਕਦਾ ਹੈ ਮਤਲਬ ਇੱਕ ਗੁੰਡੇ ਭੇਜ ਕੇ ਹਨਾ ਯੂਨੀਵਰਸਿਟੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਰਾਉਣੀਆਂ ਘਟਨਾਵਾਂ ਵਾਪਰਨੀਆਂ ਤੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਔਰ ਜਿੱਥੇ ਪੂਰੀ ਪੂਰੀ ਦੀ ਪੂਰੀ ਦਿੱਲੀ ਇਸ ਕੱਲ ਦੀ ਗਵਾਹੀ ਭਰਦੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਡੇ ਸਾਰੇ ਕੰਮ ਕੀਤੇ ਆ ਐਂਡ ਨੈਕਸਟ ਸੀਐਮ ਸਾਡੇ ਅਰਵਿੰਦ ਕੇਜਰੀਵਾਲ ਹੋਣਗੇ ਆਫਕੋਰਸ ਤੇ ਇਹ ਤੈਅ ਕਰਦਾ ਹੈ ਕਿ ਬੀਜੇਪੀ ਐਸਵਲਿਡਰੀ ਹੋਈ ਹੈ ਹਮਲੇ ਹੋ ਰਹੇ ਨਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਪਾਕਿਸਤਾਨ ਦੀ ਪ੍ਰੈਸ ਕਾਨਫਰੰਸ ਕਰ ਰਹੀਆਂ ਨੇ ਭਾਰਤ ਵਿੱਚ ਵੀ ਕਈ ਥਾਂ ਬਤੇ ਸਿੱਖਾਂ ਦੇ ਹਮਲੇ ਹੋ ਰਹੇ ਨੇ ਉਹਦੇ ਬਾਰੇ ਕੋਈ ਆਵਾਜ਼ ਨਹੀਂ ਉਠਾ ਰਹੇ ਤੁਹਾਨੂੰ ਕੀ ਲੱਗਦਾ ਨਹੀਂ ਦੇਖੋ ਮਤਲਬ ਹਮੇਸ਼ਾ ਹੀ ਜਿਹੜੀ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਜਿਹੜੀ ਇਸ ਗੱਲ ਤੇ ਬਲੀਫ ਕਰਦੀ ਹੈ ਕਿ ਅਸੀਂ ਪੀਸ ਨਾਲ ਤੇ ਅਸੀਂ ਇਮਾਨਦਾਰੀ ਦੇ ਨਾਲ ਅੱਗੇ ਵਧੀਏ ਰਾਈਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਸ ਵੇਲੇ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਸਾਡੀ ਸਰਕਾਰ ਆਉਂਦੀ ਆ ਠੀਕ ਹੈ ਤੇ ਆਫਕੋਰਸ ਜਿਸ ਦਿਨ ਉਹ ਦਿਨ ਆਉਂਦਾ ਹੈ ਕਿ ਜਦੋਂ ਸਾਡੇ ਲੀਡਰ ਜਿਹੜੇ ਅਰਵਿੰਦ ਕੇਜਰੀ ਵਾਲੇ ਸਤੇਸ਼ ਨੂੰ ਲੀਡ ਕਰਦੇ ਆ ਤਾਂ ਉਦੋਂ ਹੀ ਮੈਂ ਕਹਿ ਸਕਦੀ ਹਾਂ ਕਿ ਇਦਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਊਗਾ ਉਸ ਸਮਾਂ ਸਿਕਾ ਦੇ ਲਗਾਤਾਰ ਹਮਲੇ ਹੋ ਰਹੇ ਨੇ ਇਹ ਤੁਸੀ ਕਿ ਮਿਲਣ ਕੱਲੇ ਸਿੱਖਾਂ ਦੀ ਗੱਲ ਨਹੀਂ ਆ ਇੱਥੇ ਇਸ ਦੇਸ਼ ਦੇ ਵਿੱਚ ਸਾਰਿਆਂ ਨੂੰ ਮਤਲਬ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਭਾਵੇਂ ਉਹ ਸਿੱਖ ਆ ਭਾਵੇਂ ਉਹ Hindu ਆ ਭਾਵੇਂ ਉਹ Muslim ਮੈਂ ਕੱਲੇ ਸਿੱਖਾਂ ਦੀ ਗੱਲ ਨਹੀਂ ਕਰਦੀ ਹਨ ਲੋਕਾਂ ਨੂੰ ਲੜਾ ਕੇ ਉਹਨਾਂ ਨੂੰ ਧਰਮ ਦੇ ਸ ਤੇ ਵੰਡਿਆ ਜਾ ਰਿਹਾ ਤੇ ਇਹ ਗੱਲ ਸਾਡੀ ਪਬਲਿਕ ਨੂੰ ਆਪ ਹੀ ਸਮਝਣੀ ਪਊਗੀ ਸਪਸ਼ਟ ਹੈ ਕਿ ਇਹ ਸਾਰਾ ਦੇ ਸਾਰਾ ਕੌਣ ਕਰਾ ਰਿਹਾ ਹੈ ਇਹਦੇ ਪਿੱਛੇ RSS ਇਹਦੇ ਪਿੱਛੇ BJP ਇਹਦੇ ਪਿੱਛੇ ਮੋਦੀ ਸਰਕਾਰ ਦੇਖਿੰਦੇ ਸਦਾ ਹੁਣ ਪਰਮਿੰਦਰ ਸਿੰਘ ਸਾਰੇ ਅਕਾਲੀ ਦਲ ਦੇ ਖਲਾਬ ਟੰਡਾ ਚੁੱਕ ਲਿਆ ਕੀ ਲੱਗਦਾ ਤੁਹਾਨੂੰ ਵੀ ਅੰਮ੍ਰਲ ਦੇ ਨਾਲ 300 ਸਾਹਿਬ ਨੂੰ ਤਾਂ ਮੈਂ ਦੇਰ ਆਇ ਦੁਰਸਤੇ ਇਹਨਾਂ ਨੂੰ ਬਹੁਤ ਪਹਿਲਾਂ ਚੱਕ ਲੈਣਾ ਚਾਹੀਦਾ ਸੀਗਾ ਤੇ ਖੈਰ ਹਾਲੇ ਵੀ ਇੱਕ ਟਾਈਮ ਆ ਗਿਆ ਹਨਾ ਕਿ ਉਹਨਾਂ ਨੇ ਚੱਕ ਲਿਆ ਸੋ ਜੇ ਇਹ ਗੱਲ ਪਹਿਲਾਂ ਕੀਤੀ ਹੁੰਦੀ ਤਾਂ ਸ਼ਾਇਦ ਪੰਜਾਬ ਚ ਸੱਜ ਤੌਰ ਤੇ ਪਹੁੰਚ ਗਿਆ ਰਾਈਟ ਤਾਂ ਹੋ ਸਕਦਾ ਪੰਜਾਬ ਅੱਜ ਥੋੜਾ ਬਹੁਤ ਉਹਨਾਂ ਚੀਜ਼ਾਂ ਤੋਂ ਬਚ ਰਿਹਾ ਹੁੰਦਾ